ਵਾਲੇ ਕੋਲ ਬੈਠੀ ਖਾਵੇ ਵਜਾ ਰੇੜੀ ਵਾਲੇ ਨੂੰ ਕਹਿੰਦਾ ਭਾ ਕੇਲਾ ਵਿੰਗਾ ਕਿਉਂ ਹੁੰਦਾ ਤੇ ਕੋਲ ਹੀ ਇਹ ਖਲੋਤਾ ਸੀ ਕਹਿੰਦਾ ਕਾਕਾ ਐਵੇਂ ਗੱਲਾਂ ਬਣੀਆਂ ਮੈਂ ਕੱਲਾ 6 ਖਾ ਗਿਆ ਫਰਾਡੀਆ ਤੇਰਾ ਕੋ ਪਿਛਲਾ ਪੈਸਾ ਰਹਿੰਦਾ ਖੋਤੇ ਨੂੰ ਨੀਕਾ ਮਾਰ ਕੇ ਜ਼ੈਫਰੇ ਬਣਾ ਕੇ ਵੇਚਦਾ ਸੀ ਇੱਕ ਦਿਨ ਬਾਰਿਸ਼ ਹੋਈ ਸਾਰੀਆਂ ਲੀਕਾਂ ਮਿੜ ਗਈਆਂ ਵਹਾ ਪਿੰਡਾ ਸ਼ਰਾਬ ਪੀ ਕੇ ਰਕਸ਼ੇ 'ਚ ਜਾਣ ਡਿਆ ਅੱਗੋਂ ਇਸ਼ਾਰਾ ਬੰਦ ਹੋ ਗਿਆ ਤੇ ਰਕਸ਼ੇ ਵਾਲੇ ਨੂੰ ਕਹਿੰਦਾ ਵਾਪਸ ਕਰ ਲਾ ਕੈਮਰੇ ਲੱਗੇ ਨੇ ਇਹ ਤੇਰਾ ਭਰਾ ਸਰ ਇਹ ਤੇਰਾ ਭਰਾ ਓਏ ਓਏ ਅਗਲੇ ਦੀ ਵੀ ਸੁਣਨੀ ਹੈ ਇਹ ਤੇਰਾ ਭਰਾ ਸਰ ਇਹ ਤੇ ਮੇਰਾ ਭਰਾ ਇਹਨਾਂ ਦੇ ਘਰ ਬੜੇ ਬੜਾ ਬਿੱਲ ਬਣਿਆ ਬਈ ਬੜਾ ਬਿੱਲ ਬਣਿਆ ਤੂੰ ਬਾਪ ਵਾਲਿਆਂ ਦੇ ਘਰ ਵੜ ਗਿਆ ਇਹ ਤੇਰਾ ਭਰਾ ਬਾਹਰ ਸਰ ਜੇ ਨਹੀਂ ਆ ਜੰਨਾ ਓ ਲੱਗਦਾ ਕੁੱਤਾ ਲੱਗਦਾ 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 ਤੇ ਰੂਹ ਰੱਖ ਲੈ ਮੂੰਹ ਤੇ ਵੇਖ ਗਲਤ ਦਵਾਈ ਵਰਗਾ ਮੂੰਹ ਇਹ ਤੇ ਤਾਂ ਭਰਾ ਬਾਹਰ ਸੁੱਤਾ ਚੋਰ ਆਇਆ ਸਰਾਣਾ ਲੈ ਕੇ ਤੇ ਆਪਣੇ ਭਰਾ ਨੂੰ ਕਹਿੰਦਾ ਸੁੱਤਾ ਰਹਿ ਰਜਾਈ ਲੈਣ ਆਏਗਾ ਤੇ ਫੜਾਂਗੇ ਰਕਸ਼ੇ 'ਚ ਬੈਠਾ ਉਹਨੇ ਘਰ ਅੱਗੇ ਲਾਇਆ ਉਹਨੂੰ ਕਹਿੰਦਾ ਕਿੰਨੇ ਪੈਸੇ ਉਹ ਕਹਿੰਦਾ 16 ਰੁਪਏ ਉਹਨੂੰ 8 ਰੁਪਏ ਦੇਣ ਡਿਆ ਉਹਨੇ ਕਿਹਾ ਜੀ 16 ਬਣਦੇ ਨੇ ਕਹਿੰਦਾ ਤੂੰ ਨੀ ਬਹਿ ਕੇ ਆਇਆ ਇਹ ਵੀ ਰਕਸ਼ਾ ਰੋਕ ਕੇ ਕਹਿੰਦਾ ਭਾਅ ਜੀ ਖਾਲੀ ਆ ਰਕਸ਼ੇ ਵਾਲਾ ਕਹਿੰਦਾ ਸਾਲਿਆ ਮੈਂ ਨੀ ਬੈਠਾ ਤਿਆ ਬਿਆ ਕਹਿੰਦਾ ਉਹਨੂੰ ਖਿਲਾਰ ਕੇ ਕਹਿੰਦਾ ਸੀਟ ਹੈ ਉਹ ਕਹਿੰਦਾ ਸਾਲਿਆ ਕੁਝ ਨਾਲੇ ਦੇ ਆ ਓਏ ਹੋਰ ਅੰਦਰ ਮੰਜੀ ਵਿਛਾਈ ਪਾਗਲ ਹੁਣ ਚ ਕਹਿੰਦਾ ਕਿ ਰਹਿ ਗਿਆ ਸਾਲਿਆ ਵੈਗਨ ਚ ਕੌਣ ਮੰਜੀ ਵਿਛਾਉਂਦਾ ਉਹ ਐਂਬੂਲੈਂਸ ਚ ਤੇਰੀ ਮਾਂ ਤੇ ਨੀ ਵਿਛਾਈ ਹੁੰਦੀ ਯਹੂਦਨ ਕੇ ਬੱਚੇ ਐਂਬੂਲੈਂਸ ਦਾ ਮੂੰਹ ਹੈਗਾ ਤੇਰਾ ਕੰਨ ਨਾ ਨਾ ਹੁੰਦੇ ਐਨਕ ਡਿੱਗ ਪੈਣੀ ਸੀ ਮੈਂ ਤੇਰੇ ਮੂੰਹ ਤੇ ਕੰਨ ਕੱਢ ਮਾਰਨੇ ਫਿਲਮ ਵੇਖਣ ਗਿਆ ਟਿਕਟ ਲਵੇ ਤੇ ਵਾਪਸ ਆ ਜਾ ਟਿਕਟ ਲਵੇ ਵਾਪਸ ਆ ਜਾ ਬੁਕਿੰਗ ਵਾਲੇ ਨੇ ਪੁੱਛਿਆ ਖੈਰ ਕਹਿੰਦਾ ਗੇਟ ਤੇ ਇੱਕ ਬੰਦਾ ਖਲੋਤਾ ਪਾੜੀ ਜਾਣ ਡਿਆ ਅਸੀਂ ਟਰਾਲਾ ਚਲਾਉਂਦੇ ਹੁਣ ਵਾਧਾ ਘੱਟ ਇਹ ਤੁਸੀਂ ਛੱਤ ਤੇ ਨਾ ਖੁਲਿਆ ਕਰੋ ਗੁਆਂਢੀ ਮੈਨੂੰ ਪੁੱਛਣ ਡੇ ਗੁੱਡੂ ਜੀ ਨਵਾਂ ਗੀਜ਼ਰ ਲਾਇਆ ਮੈਂ ਕਹਿੰਦੀ ਪੁਰਾਣਾ ਰੰਗ ਕਰਾ ਕੇ ਖਿਲਾ ਲਿਆ ਜਮੀਲ ਸਾਹਿਬ ਨੇ ਘਰ ਆਇਆ ਹੋਰ ਸਰ ਠੀਕ ਠਾਕ ਜਮੀਲ ਸਾਹਿਬ ਨੇ ਇਹਨਾਂ ਦਾ ਮੂੰਹ ਵੇਖੋ ਕਾਰਟੂਨ ਦਾ ਮਕਾਨ ਨੀ ਹੁੰਦਾ ਔਰ ਆਪ ਐਸਾ ਬੇਵਕੂਫ ਹੈ ਬੜੀ ਗੱਲ ਕੀਤੀ ਆਨਾ ਤੁਸੀਂ ਮੈਨੂੰ ਕੱਢਿਆ ਤੇ ਮੈਂ ਇੱਧਰ ਵੜਿਆ ਆਪ ਬੇਟਾ ਬੇਵਕੂਫ ਹੈ ਆਪਣੇ ਪਿਓ ਜੁੱਤੀ ਬਾਤ ਕਹਿੰਦਾ ਇਹ ਕਿਹੜੇ ਕੰਜਰ ਦੀ ਹੈ ਉਹ ਫਿਰ ਇਹਨੇ ਕਿਹਾ ਲਾ ਮੇਰੇ ਅੱਬੇ ਦੀ ਜੁੱਤੀ ਇਹ ਤਾਂ ਮਤਲਬ ਇਹ ਤਾਂ ਪਿਓ ਤੁਹਾਡੇ ਲਾਉਂਦਾ ਹਾਂਜੀ ਏਡਾ ਬੇਵਕੂਫ ਹੈ ਸਹਿਰੀ ਨੇ ਕਬਰਸਤਾਨ ਗਿਆ ਕਬਰਾਂ ਨੂੰ ਤੇ ਫਿਰ ਕੇ ਕਹਿੰਦਾ ਉਹ ਕਿਸੇ ਨੇ ਦਹੀਂ ਤਾਂ ਨਹੀਂ ਮੰਗਾਉਣੀ ਮੈਂ ਕਿਹਾ ਕਿਸੇ ਨੇ ਦਹੀਂ ਤਾਂ ਨਹੀਂ ਮੰਗਾਉਣੀ ਇਹਦੀ ਅੰਮੀ ਕਹਿੰਦੀ ਰਹਿਣ ਦੇ ਕਾਕਾ ਸਦੀਕ ਆਇਆ ਸੀ ਲੱਸੀ ਕਰ ਗਿਆ ਤੁਸੀਂ ਕੌਣ ਹੋ ਜੀ ਸਦੀਕ ਸਦੀਕ ਹਾਂਜੀ ਰੋਟੀ ਵਾਲਾ ਘਰ ਦੀ ਗੱਲ ਘਰ ਦੀ ਹਾਂ ਦੁੱਦੂ ਜਮੀਲ ਸਾਹਿਬ ਦੀ ਬਾਈ ਤੁਸੀਂ ਪਾਇਆ ਹਾਂ ਲੇਲੇ ਦੇ ਗੱਲ ਚ ਲਾਇਆ ਤੂੰ ਬੁੱਢੀ ਕਹਿੰਦੀ ਆ ਗਿਆ ਮੁਫ਼ਤ ਪਰ ਸ਼ੈਤਾਨ ਦੀ ਫੋਟੋ ਵੇਖ ਕੇ ਗਾਣ ਡਿਆ ਸੀ ਐ ਸ਼ੈਤਾਨ ਮੇਰੇ ਅੱਬੂ ਸਰਦਾਰ ਤੁਹਾਡੀ ਬੀਵੀ ਨੌਕਰਾਣੀ ਅਸੀਂ ਲਿੱਤੀ ਉਹ ਇਹਨਾਂ ਕੋਲੋਂ ਉਧਾਰੀ
ਇਹਨੂੰ ਘਰ ਲੈ ਕੇ ਚੱਲ ਇਹਨੂੰ ਘਰ ਲੈ ਕੇ ਜਾਣਾ ਆਹੋ ਲੈ ਜਾਂਦੇ ਆ ਠੀਕ ਹੈ ਚੱਲ ਨਹੀਂ ਅੱਗੇ ਲੱਗ ਚੱਲ ਲੈ ਕੇ ਆ ਓ ਲੱਗ ਗਿਆ ਠੀਕ ਹੈ ਐਡੀ ਸੋਹਣੀ ਕੁੜੀ ਆ ਜਦੋਂ ਦੀ ਇਸ ਘਰ ਚ ਆਈ ਹੈ ਤੁਹਾਡੀਆਂ ਬੱਚੀਆਂ ਨੂੰ ਤੇ ਮੈਂ ਮੂੰਹ ਲਾਉਣਾ ਹੀ ਛੱਡਦਾ ਮੇਰਾ ਤੇ ਹਲੇ ਵਿਆਹ ਹੀ ਨੀ ਹੋਇਆ ਮੇਰੀਆਂ ਬੱਚੀਆਂ ਕਿੱਥੋਂ ਹੋ ਗਈ ਹੋ ਜਾਏਗਾ ਨਾ ਅੱਲਾ ਬਰਕਤ ਪਾਉਣ ਵਾਲਾ ਅਸਲ ਗੱਲ ਕਰ ਸਾਹਿਬ ਜੀ ਕੀ ਦੱਸਾਂ ਮਾਨਾ ਸਮਝ ਜੋ ਤੁਸੀਂ ਵੀ ਧੀਆਂ ਭੈਣਾਂ ਵਾਲੇ ਗੱਲ ਕੀ ਹੈ ਸਾਹਿਬ ਜੀ ਉਹਦੀ ਮੇਰੀ ਨਾ ਭੈਣ ਬਣਾ ਲਈ ਇਸਦਾ ਕੀ ਮਤਲਬ ਸਾਹਿਬ ਜੀ ਸਮਝੋ ਨਾ ਤੈਨੂੰ ਪੁੱਤਰ ਕਹਿੰਦੀ ਉਹ ਯਾਰ ਸਮਝ ਜਾ ਨਾ ਫਸੀ ਆ ਐਵੇਂ ਆਪਣੇ ਕੋਲ ਗੱਲ ਆ ਲਈ ਫਸੀ ਆ ਕੁੜੀ ਤੇ ਜਲਦੀ ਨੀ ਫਸਦੀ ਕੱਲ ਮੈਂ ਵੈਗਨ ਚ ਜਾ ਰਿਹਾ ਤੇ ਦੋ ਔਰਤਾਂ ਬੈਠੀਆਂ ਸਨ ਮੈਂ ਵਿੱਚ ਬਹਿ ਗਿਆ ਮੈਨੂੰ ਆਉਂਦੀ ਤੂੰ ਤਾਂ ਸਾਨੂੰ ਫਸਾ ਹੀ ਲਿਆ ਇਹਦਾ ਮਤਲਬ ਥੋੜੀ ਵੀ ਮੇਰੇ ਨਾਲ ਫਸ ਗਈ ਨਹੀਂ ਬਕਵਾਸ ਤੁਸੀਂ ਵੀ ਸਹੀ ਕਰ ਸਹੀ ਗੱਲ ਕਰ ਸਾਹਿਬ ਜੀ ਬਸ ਤੁਹਾਨੂੰ ਦੱਸ ਦਿੱਤਾ ਉਹਨੂੰ ਮੈਂ ਪੰਜ ਛੇ ਸੂਟ ਲਿਆਤੇ ਨਵੇਂ ਹਾਂ ਠੀਕ ਹੈ ਅਸੀਂ ਬਿੱਲ ਦੇ ਦਿਆਂ ਸੁਨਿਆਰਿਆਂ ਕੋਲੋਂ ਜੇਵਰ ਵੀ ਲਿਆਤਾ ਜੀ ਅੱਛਾ ਠੀਕ ਹੈ ਹਾਂਜੀ ਇਸਦਾ ਕੀ ਮਤਲਬ ਤੈਨੂੰ ਹਜ਼ਾਰ ਵਾਲੀ ਸਮਝਾਈ ਜਿਹਨੇ ਬਦਤਮੀਜ਼ੀ ਨਾ ਕਰਿਆ ਨਾ ਕਰ ਤੇਰੇ ਹੱਥਾਂ ਦੇ ਵਿੱਚ ਕੀੜੇ ਤਾਂ ਚੋੜ ਮੇਰੀ ਗੱਲ ਜਦ ਤਾਂ ਬਹੁਤ ਮੇਰੇ ਵਾਸਤੇ ਜਾ ਕੇ ਜੂਸ ਲੈ ਕੇ ਆ ਜੂਸ ਲਿਆ ਤੂੰ ਖੂਨ ਦੇ ਕੇ ਆਇਆ ਖੂਨ ਦੇਣ ਚਲਾ ਗਿਆ ਸੱਦਾ ਸਾਰੇ ਸੱਦਾਂ ਦੀਆਂ ਸਰੀਆਂ ਟੁੱਟ ਗਈਆਂ ਖੂਨ ਨਹੀਂ ਨਿਕਲਿਆ ਚੁੱਕ ਕੇ ਉਹਨਾਂ ਰੋਹ ਵਾਲੇ ਵੇਲਣੇ ਚ ਦਿੱਤਾ ਉਹ ਤੇ ਸ਼ੁਕਰ ਮੇਰਾ ਹਾਸਾ ਨਿਕਲ ਗਿਆ ਨਹੀਂ ਤੇ ਦੋਹਰਾ ਕਰਕੇ ਦੂਏ ਪਾਸੇ ਦੇਣ ਲੱਗਾ ਸੀ ਬਕਵਾਸ ਕਰਦਾ ਜਾ ਤਾਂ ਹਾਂ ਜੂਸ ਲੈ ਕੇ ਜੂਸ ਕਿਹੜਾ ਲਿਆਉਣਾ ਗਾਜਰਾਂ ਦਾ ਜੂਸ ਲੈ ਗਾਜਰਾਂ ਮਹਿੰਗੀਆਂ ਹੋ ਗਈਆਂ ਨੇ ਉਹਨਾਂ ਨੇ ਟਰੈਕ ਸੂਟ ਪਾ ਲਏ ਦਵਾ ਕਰ ਗਾਜਰਾਂ ਨੂੰ ਤੂੰ ਕੋਈ ਹੋਰ ਜੂਸ ਲੈ ਹੋਰ ਕਿਹੜਾ ਅਨਾਨਾਸ ਲੈ ਅਨਾਨਾਸ ਕੀ ਹੁੰਦੀ ਚਲੋ ਫਿਰ ਸਤਿਆਨਾਸ ਲੈ ਹੋਰ ਸਾਰੀਆਂ ਗੱਲਾਂ ਨੂੰ ਜਾ ਕੇ ਨਾਸ਼ਤਾ ਲਾ ਨਾਸ਼ਤਾ ਲਾਤਾ ਕਿੱਥੇ ਕਿੜਕੀ ਚ ਤਰਾਏ ਘੜ ਦਿੱਤਾ ਨੇ ਇੱਕ ਮੇਰਾ ਤਰਾ ਸੀ ਉਹ ਵੀ ਘੜ ਦਿੱਤਾ ਤੁਹਾਡੀ ਤਬੀਅਤ ਤੇ ਠੀਕ ਹੈ ਨਾ ਹੱਥ ਮੈਨੂੰ ਨਾ ਲਾ ਮੈਂ ਗੰਦਾ ਬੰਦਾ ਨਹੀਂ ਉਂਝ ਮੇਰਾ ਸਿਹਤ ਗੰਦਾ ਕਿਵੇਂ ਆਏ ਆ ਗੱਲ ਸੁਣੋ ਇਹ ਨੌਕਰ ਦੇ ਨਾਲ ਤੁਹਾਡਾ ਕੀ ਚੱਕਰ ਹੈ ਇਹਦਾ ਕੀ ਮਤਲਬ ਹੈ ਪੈਸਾ ਕੀ ਮਤਲਬ ਹੈ ਮੈਨੂੰ ਨਹੀਂ ਪਤਾ ਮੈਂ ਤੇ ਐਵੇਂ ਕੀਤਾ ਮੈਂ ਵੀ ਐਵੇਂ ਕਰਤਾ
اچھا جاؤ جا کے میرے واسطے ناشتہ لے کے آؤ گل سنو ایک سینڈوچ بنا لینا تو ایک نال چاہ بنا لینا ٹھیک ہے آپ لے کے آنا چاہ جی میں گڈو نو بھیج دو گڈو نو